ਹਾਂਜੀ, ਅਤੇ ਕੀ ਹਾਲ ਚਾਲ ਆ ਸਾਰਿਆਂ ਦਾ? ਉਮੀਦ ਕਰ ਤਾਂ ਤੁਸੀਂ ਸਾਰੇ ਵਧੀਆ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਤੁਹਾਡਾ ਵੈਲਕਮ ਕੀਤਾ ਜਾਂਦਾ ਸਿੰਘ ਵਲੌਗਸ ਬਾਈ ਚੈਨਲ 'ਤੇ। ਅਤੇ ਹੁਣ ਮੈਂ ਪਹੁੰਚ ਗਿਆ ਕੰਮ 'ਤੇ, ਅਤੇ ਹੁਣ ਟ੍ਰੇਲਰ ਲੱਭ ਰਿਹਾ ਮੈਂ। ਇੱਕ ਅੱਜ ਵੀ ਮਤਲਬ ਇੱਕ ਸਿੰਪਲ ਜਿਹਾ ਵਲੌਗ ਆ, ਟਰੱਕ ਵਲੌਗ, ਅਤੇ ਕਰੋ ਇੰਜੋਏ ਵੀਡੀਓ ਨੂੰ ਤੁਸੀਂ। ਟ੍ਰੇਲਰ ਟ੍ਰੂਲਰ ਲੱਭ ਕੇ ਹੁਣ ਇੱਕ ਡਿਲੀਵਰੀ ਆ ਉਹ ਲਾ ਕੇ, ਅਤੇ ਹੋਪਫੁਲੀ ਮੇਰੇ ਖਿਆਲ 'ਚ ਦੂਜੀ ਸ਼ਾਇਦ ਮਿਲ ਜੇ, ਸ਼ਾਇਦ ਮੇਰੇ ਖਿਆਲ 'ਚ ਡਨ ਹੋਊਗਾ ਕੰਮ। ਸੋ ਅੱਜ ਫਿਰ ਕਰਦੇ ਹਾਂ ਸਟਾਰਟ ਵਲੌਗ, ਐਂਡ ਤੱਕ ਜ਼ਰੂਰ ਦੇਖਿਓ। ਹਾਂਜੀ, ਅਤੇ ਇਹ ਚੰਗੀ ਤਰ੍ਹਾਂ ਕੰਮ ਸਟਾਰਟ ਹੋਇਆ ਵੀ ਨਹੀਂ ਸੀਗਾ, ਅਤੇ ਪਹਿਲਾਂ ਹੀ ਦੁਰਘਟਨਾ ਘਟ ਗਈ। ਅਤੇ ਆਹ ਮਤਲਬ ਕਿ ਜਿਹੜੀ ਡੋਰ ਦੀ ਤਾਰ ਹੁੰਦੀ ਆ, ਦੋਨੇ ਪਾਸੇ ਹੁੰਦੀ ਆ, ਇਹ ਇੱਧਰਲੇ ਪਾਸੇ ਵੀ, ਅਤੇ ਆਹ ਦੂਜੇ ਪਾਸੇ ਵੀ ਆ। ਦੂਜੇ ਪਾਸੇ ਵਾਲੀ ਤਾਰ ਦੇਖੋ, ਪੂਰੀ ਜਿਵੇਂ ਹਾਰਡ ਆ ਨਾ, ਮਤਲਬ ਥੱਲੋਂ ਤਾਂ ਤੱਕ, ਇਹ ਤਾਂ ਥੱਲੇ ਤੱਕ ਆਈ ਆਉਂਦੀ ਹੁੰਦੀ ਆ ਤਾਰ। ਇਹ ਗਾਂ ਮਤਲਬ ਘੁੰਮਣ ਵਾਲੇ ਯੰਤਰ ਜਿਹੇ ਲੱਗੇ ਹੁੰਦੇ, ਉਹਨਾਂ 'ਚ ਅਟੈਚ ਹੁੰਦੀ ਆ। ਉਹ ਦੂਜੇ ਪਾਸੇ ਤਾਂ ਸਹੀ ਆ, ਇੱਧਰੋਂ ਆਹ ਟੁੱਟ ਗਈ, ਆ ਜਿਵੇਂ ਲੂਜ਼ ਹੋਈ ਕਰਦੀ ਟੁੱਟ ਗਈ ਉੱਤੋਂ। ਹੁਣ ਸਰਵਿਸ ਕਾਲ ਕਰਦੇ ਹਾਂ ਵੇਟ। ਅਤੇ ਜਿਵੇਂ ਤੁਸੀਂ ਦੇਖ ਲਿਆ ਲਾਸਟ ਕਲਿੱਪ 'ਚ, ਮਕੈਨਿਕ ਆ ਗਿਆ ਸੀ, ਡੋਰ ਸਹੀ ਕਰ ਗਿਆ। ਇੱਧਰਲੇ ਪਾਸੇ ਦੇਖੋ, ਤਾਰ ਹੁਣ ਉਹ ਤਾਂ ਤੱਕ ਜਾਂਦੀ ਆ, ਤਾਂ ਤੋਂ ਥੱਲੇ ਤੱਕ ਆਉਂਦੀ ਆ, ਦੋਨੇ ਪਾਸੇ ਡੋਰ ਠੀਕ ਆ, ਗੁੱਡ ਟੂ ਗੋ ਆ ਕੰਮ। ਹਾਂਜੀ, ਅਤੇ ਪਹੁੰਚ ਗਏ ਸੀਗੇ ਡਿਲੀਵਰੀ 'ਤੇ। ਇਹ ਡਿਲੀਵਰੀ ਲੰਡਨ 'ਚ, ਐਗਜੈਕਟ ਐਡਰੈਸ ਮੈਂ ਦੱਸ ਨਹੀਂ ਸਕਦਾ, ਅਤੇ ਲੰਡਨ 'ਚ ਡਿਲੀਵਰੀ ਆ, ਇੱਕੋ ਡਿਲੀਵਰੀ ਆ, ਅਤੇ ਮੇਰੀ ਹੋ ਗਈ ਸੀ ਗੱਲ, ਇਸ ਤੋਂ ਬਾਅਦ ਤਾਂ ਡਨ ਹੀ ਆ। ਅਤੇ ਆ ਜਾਓ ਫਿਰ, ਹੁਣ ਸੀਲ ਦੀ ਫੋਟੋ ਫਾਟੋ ਖਿੱਚ ਕੇ ਅੰਦਰ ਚੱਲੀ। ਹਾਂਜੀ, ਅਤੇ ਆਹੀ ਸੀ ਅੱਜ ਦਾ ਵਲੌਗ, ਇੱਕ ਛੋਟਾ ਜਿਹਾ ਵਲੌਗ ਸੀਗਾ ਇਹ।
ਅਤੇ ਹੁਣ ਆਪਾਂ ਰੈਡੀ ਟੂ ਗੋ ਹਾਂ ਘਰ ਜਾਣ ਵਾਸਤੇ। ਟਾਈਮ ਸ਼ੀਟ ਵਗੈਰਾ ਹੁਣ ਇੱਥੇ ਡਰੋਪ ਕਰ ਦੇਣੀ ਆ। ਅਤੇ ਇੱਥੇ ਹੋਰ ਵੀ ਟਰੱਕ ਕਾਫੀ ਆ ਗਏ ਸੀ, ਅੱਜ ਕੰਮ ਘੱਟ ਸੀ, ਸੋ ਤਾਂ ਕਰਕੇ ਮੈਨੂੰ ਲੱਗਦਾ ਵੀ ਬਾਲਿਆਂ ਟਰੱਕ ਆ ਗਏ ਸੀਗੇ, ਥੋੜ੍ਹੇ ਬਹੁਤੇ ਰਹਿ ਗਏ ਸੀਗੇ। ਸੋ ਚੱਲਦੇ ਹੁਣ ਘਰ ਨੂੰ ਆਪਾਂ। ਬਦਲਵਾਹੀ ਅੱਗੇ ਨਾਲੋਂ ਠੀਕ ਆ, ਅੱਗੇ ਤਾਂ ਸਵੇਰੇ ਬਾਹਲੀ ਹੋਈ ਵੀ ਸੀਗੀ, ਹੁਣ ਠੀਕ ਆ। ਅਤੇ ਮਾੜਾ ਮੋਟਾ ਮੀਂਹ ਪਿਆ ਸੀਗਾ ਅੱਜ, ਆਲ ਗੁੱਡ ਆ, ਉਹ ਚੱਕ ਲਈ ਪੇਪਰ ਜੇ। ਅਤੇ ਸਿੰਘ ਵਲੋਗਸ ਬਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸਤਿ ਸ਼੍ਰੀ ਅਕਾਲ ਜੀ।